रात 11 बजे मैं फोन आया चौकीदार का कि सर मैनू कुछ बंदिया ने बन के स्कूल जोड़े वो चोरी की है। उन्होंने मैं उस वे तुरंत चौंकी हाजिर होने लिए कहा, परंतु पता नहीं कि वो डर के कारण या कि वो चौंकी नहीं गया। ठीक है जी, उस तो बाद मॉर्निंग टाइम ही उस वे आ के जी पुलिस रिपोर्ट जी की। चौकीदार किन्ने बंदे के आए होंगे? चौकीदार ने लगभग 3 बंदे तो कहते हैं कि मैंने उन्होंने फड़िया होया, तो आई थिंक कुछ 4-5 बंदे होर कह रहे कि जोड़े उन्होंने नाल। कहड़ी कहड़ी चीज़ जाइए पर स्कूल के 8 प्रोजेक्टर समेत CPU, एक LCD मैथ लैब भी आ, एक DVR आ, एक CPU आ, एक मोनीटर आ, जी सा को DVR समेत जो कैमरे से अगे हुए कंप्लीट DVR जी सा को लगे। मंग जी यही है कि चोरों को जल्दी तो जल्दी फड़ के जो सड़को स्कूल का समान जो सामने। चौकीदार एसएम है कितने? चौकीदार एसएम पुलिस ने खड़िया हुआ है। मौका दे ਇੱਥੇ ਰਾਤ ਚੋਰੀ ਹੋ ਗਈ, ਕੋਈ ਲਾਉਂਦਾ ਹੋਵੇ ਤਾਂ ਨਹੀਂ। ਰਾਤ ਚੌਂਕੀਦਾਰ ਮੌਕੇ 'ਤੇ ਹਾਜ਼ਰ ਸੀ, ਉਹਨੇ ਸਾਨੂੰ ਸਵੇਰੇ ਤਾਂ ਅੱਜ ਤੱਕ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਵੀ ਸਾਡੇ ਸਕੂਲ ਦੀ ਚੋਰੀ। ਹੁਣ ਦਰਖਾਸਤ ਆਈ ਆ ਪ੍ਰਿੰਸੀਪਲ ਸਾਹਿਬ ਵੱਲੋਂ, ਆਪੇ ਦਰਜ ਕਰਕੇ ਇਨਵੈਸਟੀਗੇਸ਼ਨ ਵਿੱਚ ਲਿਆਉਂਦੇ ਹਾਂ। ਜੋ ਦੋਸ਼ੀ ਸਾਹਮਣੇ ਆਉਣ ਤਾਂ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਮਾਨ ਬਰਾਮਦ ਕੀਤਾ ਜਾਏ। ਸਕੂਲ ਤੁਹਾਡੇ ਚੌਂਕੀ ਤੋਂ ਕਿੰਨਾ ਕੁ ਦੂਰ ਹੈ? ਸਕੂਲ ਚੌਂਕੀ ਤੋਂ ਮੇਰੇ ਕੋਲ ਕਰੀਬ 500 ਮੀਟਰ ਦੂਰ ਹੈ। ਕੀ ਸਮਾਨ ਚੋਰੀ ਹੋਇਆ? ਅੱਜ ਜੋ ਦਰਖਾਸਤ ਲਿਖੀ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਦਿੰਦੇ ਹਾਂ। ਚੌਂਕੀਦਾਰ ਆਪਣੇ ਕੋਲ ਹੈ ਜਾਂ? ਉਹ ਚੌਂਕੀਦਾਰ ਦਾ ਜੇ ਦਿੱਤਾ ਉਹਨਾਂ ਚੌਂਕੀਦਾਰ ਨੂੰ ਵੇਖਦੇ ਨਹੀਂ ਕਿੱਥੇ ਨਾਕਾ ਲੱਗਿਆ ਹੋਇਆ? ਰਾਤ ਨਾਕਾ ਹੀ ਮੈਂ ਚੌਂਕੀ ਆ ਜਾਂਦੀ 12 ਵਜੇ ਤੱਕ ਚੌਂਕੀ ਆਈ, ਅਸੀਂ ਸਾਰੇ ਜਿਹੜੇ ਇੱਥੇ ਬੈਠੇ ਹੁੰਦੇ। ਕੋਈ ਰਾਤ ਇਨਫੋਰਮੇਸ਼ਨ? ਕੋਈ ਇਨਫੋਰਮੇਸ਼ਨ ਨਹੀਂ ਰਾਤ ਨੂੰ। ਕਿੰਨੇ ਜਾਣੇ ਦੱਸੇ ਗਏ ਹੁਣ ਤੱਕ ਇਹਦੇ ਵਿੱਚ? ਇਹਨਾਂ ਨੇ 10 ਤੋਂ 13 ਅਣਪਛਾਤੇ ਬੰਦੇ ਲਿਖੇ ਨੇ। ਹਾਂਜੀ, ਇਹ ਕਿੰਨੇ ਚਿਰ ਟਾਈਮ ਲਵੇਗਾ? ਹਾਂਜੀ, ਕਿੰਨੇ ਚਿਰ ਮੰਨ ਲਿਆਂਦਾ ਜਾਏਗਾ? ਤੁਰੰਤ।